ਸਵੈ ਅਲੱਗ ਥਗ ਰਹਿਣ ਸਹਿਣ ਲਈ ਜਾਣਕਾਰੀ ਪੱਤਰ। ਸਭ ਤੋਂ ਪਹਿਲਾਂ ਇਹ ਪੁੱਛਿਆ ਜਾ ਰਿਹਾ ਹੈ ਕਿ ਮੈਨੂੰ ਸਵੈ ਅਲੱਗ ਥਲੱਗ ਰਹਿਣ ਸਹਿਣ ਲਈ ਕਿਉਂ ਕਿਹਾ ਜਾ ਰਿਹਾ ਹੈ। ਸਵੈ ਅਲੱਗ ਥਲੱਗ ਰਹਿਣ ਲਈ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਆਪਣੇ ਘਰ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਇਹ ਕਿਉਂ ਜ਼ਰੂਰੀ ਹੈ? ਕਿਉਂਕਿ ਇਸ ਕਰਕੇ ਇਸ ਨਾਲ ਅਸੀਂ ਸਾਰੇ ਮਿਲ ਕੇ ਇਸ ਦੇ ਫੈਲਾਓ ਨੂੰ ਰੋਕ ਸਕਦੇ ਹਾਂ। ਜਦੋਂ ਅਸੀਂ ਬਿਮਾਰੀ ਦੇ ਸੰਪਰਕ ਵਿੱਚ ਆਉਂਦੇ ਹਾਂ ਜਾਂ ਉਸਨੂੰ ਮਹਿਸੂਸ ਕਰਨ ਦੇ ਵਿਚਕਾਰਲੇ ਸਮੇਂ ਨੂੰ ਰੋਗ ਪ੍ਰਫੁੱਲਤ ਹੋਣ ਦੇ ਸਮੇਂ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਹ ਸਮਾਂ ਘੱਟ ਤੋਂ ਘੱਟ 2 ਤੋਂ 10 ਦਿਨ ਅਤੇ ਵੱਧ ਤੋਂ ਵੱਧ 14 ਦਿਨ ਦਾ ਹੁੰਦਾ ਹੈ। ਘਰ ਰਹਿਣ ਦਾ ਕੀ ਅਰਥ ਹੈ? ਘਰ ਰਹਿਣ ਦਾ ਅਰਥ ਹੈ ਕਿ ਤੁਸੀਂ ਉਹਨਾਂ ਕਿਸੇ ਥਾਵਾਂ 'ਤੇ ਨਾ ਜਾਓ ਜਿੱਥੇ ਤੁਸੀਂ ਦੂਜੇ ਲੋਕਾਂ ਦੇ ਸੰਪਰਕ ਵਿੱਚ ਆ ਸਕਦੇ ਹੋ, ਜਿਵੇਂ ਕਿ ਯੂਨੀਵਰਸਿਟੀ, ਸਮਾਜਿਕ ਇਕੱਠ, ਰੈਸਟੋਰੈਂਟ, ਸ਼ਾਪਿੰਗ ਮਾਲ ਆਦਿ। ਜਿੱਥੇ ਤੱਕ ਸੰਭਵ ਹੋ ਸਕੇ ਤੁਸੀਂ ਪਬਲਿਕ ਟਰਾਂਸਪੋਰਟੇਸ਼ਨ, ਟੈਕਸੀ ਸਰਵਿਸਿਜ਼ ਦੀ ਵਰਤੋਂ ਨਾ ਕਰੋ। ਜੇਕਰ ਫਿਰ ਵੀ ਤੁਹਾਨੂੰ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾਣਾ ਪੈਂਦਾ ਹੈ, ਜਿਵੇਂ ਕਿ ਦਵਾਈ ਲੈਣ ਲਈ ਜਾਂ ਗਰੋਸਰੀ ਲੈਣ ਲਈ, ਤਾਂ ਪੂਰੀ ਤਰ੍ਹਾਂ ਸਾਵਧਾਨੀ ਵਰਤੋ, ਜੋ ਕਿ ਹੈਲਥ ਰੀਜ਼ਨ ਵੱਲੋਂ ਹਦਾਇਤਾਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਆਪਣੇ ਹੱਥ ਵਾਰ ਵਾਰ ਧੋਵੋ ਅਤੇ ਘੱਟੋ ਘੱਟ 20 ਸੈਕਿੰਡ ਲਈ ਚੰਗੀ ਤਰ੍ਹਾਂ ਧੋਵੋ। ਜਦੋਂ ਵੀ ਖਾਂਸੀ ਕਰੋ ਜਾਂ ਛਿੱਕ ਮਾਰੋ ਤਾਂ ਆਪਣੇ ਮੂੰਹ ਅਤੇ ਨੱਕ ਨੂੰ ਟਿਸ਼ੂ ਪੇਪਰ ਨਾਲ ਢੱਕੋ ਅਤੇ ਨਾਲ ਹੀ ਉਸ ਟਿਸ਼ੂ ਪੇਪਰ ਨੂੰ ਡਸਟਬੀਨ ਵਿੱਚ ਸੁੱਟ ਦਿਓ। ਆਪਣੀਆਂ ਆਮ ਵਰਤੋਂ ਵਾਲੀਆਂ ਚੀਜ਼ਾਂ ਜਿਵੇਂ ਕਿ ਬਰਤਨ, ਤੌਲੀਏ ਕਿਸੇ ਨਾਲ ਵੀ ਸ਼ੇਅਰ ਨਾ ਕਰੋ। ਸਮਾਜਿਕ ਦੂਰੀ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਹ ਹੀ ਇੱਕ ਸਭ ਤੋਂ ਮਹੱਤਵਪੂਰਨ ਉਪਾਅ ਹੈ ਜੋ ਕਿ ਆਪਣੇ ਸਾਰਿਆਂ ਨੂੰ ਕੋਵਿਡ-19 ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।